ਪਿਆਰੇ ਵਿਦਿਆਰਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਤੰਬਰ ਮਹੀਨੇ ਦੇ ਵਿੱਚ ਟੈ ਟੈਸਟ ਜਿਹੜੇ ਹੈ ਪ੍ਰੀਖਿਆਵਾਂ ਹੋਣੀਆਂ ਸਨ ਤੇ ਉਸ ਦੀ ਡੇਟਸ਼ੀਟ ਆ ਸਰਕਾਰ ਵੱਲੋਂ ਇਸ਼ੂ ਕਰ ਦਿੱਤੀ ਗਈ ਹੈ ਬਾਈ ਮੰਥਲੀ ਨਵ ਸਤੰਬਰ 2021 ਪ੍ਰੀਖਿਆ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਹੈ ਤੇ ਨਾਲ ਨਾਲ ਇੱਕ ਬਹੁਤ ਹੀ ਫੱਡੀ ਚੀਜ਼ ਲਿਖੀ ਗਈ ਹੈ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜਾਬ ਰਾਜ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਬਾਈ ਮੰਥਲੀ ਪ੍ਰੀਖਿਆਵਾਂ ਵਿੱਚ ਔਫਲਾਈਨ ਕਰਵਾਈਆਂ ਜਾਣੀਆਂ ਹਨ ਇਹਦਾ ਮਤਲਬ ਹੁਣ ਕੋਈ ਬੱਚੇ ਨੂੰ ਘਰ ਬੈਠ ਕੇ ਪੇਪਰ ਕਰਨ ਦੀ ਜਾਜਤ ਨਹੀਂ ਹੋਏਗੀ ਸਾਰੇ ਬੱਚਿਆਂ ਨੇ ਔਫਲਾਈਨ ਹੀ ਪੇਪਰ ਦੇਣ ਆਉਣਾ ਹੋਏਗਾ ਸਕੂਲਾਂ ਦੇ ਵਿੱਚ 6ਵੀਂ ਤੋਂ ਲੈ ਕੇ 12ਵੀਂ ਤੱਕ ਦੇ ਬੱਚਿਆਂ ਦੀ ਡੇਟਸ਼ੀਟ ਨੀਚੇ ਦਿੱਤੀ ਗਈ ਹੈ ਹੁਣ ਧਿਆਨ ਨਾਲ ਸਮਝੋ ਇਹਦਾ ਮਤਲਬ ਕੀ ਹੋਇਆ ਕਿ ਤੁਹਾਨੂੰ ਸਕੂਲ ਜਾ ਕੇ ਹੀ ਪੇਪਰ ਦੇਣੇ ਨੇ ਘਰ ਬੈਠ ਕੇ ਜੋ ਤੁਸੀਂ ਨਕਲ ਮਾਰ ਕੇ ਪੇਪਰ ਕਰ ਸਕਦੇ ਸੀਗੇ ਉਹ ਆਪਸ਼ਨ ਨਹੀਂ ਹੈ ਇਸ ਕਰਕੇ ਪੜਨਾ ਜ਼ਰੂਰੀ ਹੋ ਗਿਆ ਹੈ ਉਹ ਡੇਟ ਸ਼ੀਟ ਕਿਸ ਤਰ੍ਹਾਂ ਹੈ ਧਿਆਨ ਨਾਲ ਦੇਖਣਾ ਤੁਸੀਂ ਸਾਰਿਆਂ ਨੇ ਉਹ 13 ਤਰੀਕ ਤੋਂ ਤੁਹਾਡੇ ਪੇਪਰ ਸ਼ੁਰੂ ਨੇ ਬਟਾ ਜੀ ਧਿਆਨ ਨਾਲ ਦੇਖੋ 13 ਤਰੀਕ ਤੋਂ ਜਿਹੜੇ ਤੁਹਾਡੇ ਪੇਪਰ ਸ਼ੁਰੂ ਹੋਏ ਨੇ ਸੋਮਵਾਰ ਦੇ ਦਿਨ 6ਵੀਂ ਕਲਾਸ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ ਹੈ 7ਵੀਂ ਦਾ ਪੰਜਾਬੀ ਦਾ ਅੱਠਵੀਂ ਦਾ ਗਣਿਤ ਦਾ ਲੇਕਿਨ ਇੱਕ ਚੀਜ਼ ਧਿਆਨ ਨਾਲ ਦੇਖਣ ਜੋਗੇ ਕਿ ਛੇਵੀਂ ਦੇ ਜਿੰਨੇ ਵੀ ਪੇਪਰ ਹੋਣਗੇ ਸਾਰੇ 12 ਵਜੇ ਤੋਂ ਲੈ ਕੇ 2 ਵਜੇ ਤੱਕ ਦੇ ਵਿਚਕਾਰ ਹੋਣਗੇ 12 ਵਜੇ ਪੇਪਰ ਸ਼ੁਰੂ ਹੋਏਗਾ 2 ਵਜੇ ਖਤਮ ਹੋਏਗਾ 7ਵੀਂ ਦਾ ਵੀ 12 ਵਜੇ ਸ਼ੁਰੂ ਹੋਏਗਾ ਤੇ 2 ਵਜੇ ਖਤਮ ਹੋਏਗਾ ਤੇ ਇਸੇ ਤਰ੍ਹਾਂ 9ਵੀਂ ਦਾ ਵੀ 12 ਵਜੇ ਸ਼ੁਰੂ ਹੋਏਗਾ ਤੇ 2 ਵਜੇ ਖਤਮ ਹੋਏਗਾ ਤਿੰਨ ਕਲਾਸਾਂ ਇਹਨਾਂ ਨੇ ਵੰਡੀਆਂ ਹੈ ਸਰਕਾਰ ਨੇ 12 ਤੋਂ 2 ਲਈ ਲੇਕਿਨ 8ਵੀਂ ਜਮਾਤ ਦਾ ਜਿਹੜਾ ਪੇਪਰ ਹੈ ਪਹਿਲਾ ਮੈਥ ਵਿਸ਼ੇ ਦਾ ਹੋਏਗਾ ਜੋ ਕਿ 9 ਤੋਂ 10 ਬੇਟਾ ਜੀ 9 ਵਜੇ ਤੋਂ 10 ਵਜੇ ਤੱਕ ਹੋਏਗਾ ਮੈਥ ਦਾ ਪੇਪਰ 1 ਘੰਟੇ ਦਾ ਸਿਰਫ 9ਵੀਂ ਦਾ ਹਿੰਦੀ ਦਾ ਪੇਪਰ ਹੈ 12 ਤੋਂ 2 10ਵੀਂ ਦਾ ਸਾਇੰਸ ਵਿਸ਼ੇ ਦਾ ਪੇਪਰ ਹੋਏਗਾ ਉਹ ਵੀ 9 ਤੋਂ 10 ਵਜੇ ਤੱਕ ਇੱਕ ਘੰਟੇ ਦਾ ਹੀ ਹੋਏਗਾ ਇਸ ਕਰਕੇ ਧਿਆਨ ਰੱਖਿਓ ਆਪਣੀ ਟਾਈਮਿੰਗਸ ਦਾ ਜਰੂਰ ਧਿਆਨ ਰੱਖਣਾ ਹੈ ਕਿ ਅਸੀਂ ਕਿਹੜੇ ਟਾਈਮ ਤੇ ਸਕੂਲ ਪਹੁੰਚਣਾ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ 13 ਤਰੀਕ ਦੇ ਪੇਪਰ ਦੀ ਤੁਸੀਂ ਧਿਆਨ ਨਾਲ ਦੇਖ ਲਿਆ ਹੋਵੇਗਾ 6ਵੀਂ ਦੇ ਬੱਚਿਓ ਨੇ 6ਵੀਂ ਨੇ ਆਪਣਾ ਉਤਾਰਨਾ ਹੈ 7ਵੀਂ ਨੇ ਆਪਣਾ ਉਤਾਰਨਾ ਹੈ 8ਵੀਂ ਨੇ ਤੇ 9ਵੀਂ ਨੇ ਤੇ 10ਵੀਂ ਨੇ ਆਪਣਾ ਆਪਣਾ ਜੋ ਪੇਪਰ 13 ਤਰੀਕ ਨੂੰ ਹੈ ਉਹ ਆਪਣੀ ਕਾਪੀ ਤੇ ਉਤਾਰ ਲੈਣਾ ਹੈ ਉਮੀਦ ਹੈ ਤੁਸੀਂ 13 ਤਰੀਕ ਦਾ ਪੇਪਰ ਉਤਾਰ ਲਿਆ ਹੋਵੇਗਾ ਹੁਣ 14 ਤਰੀਕ ਅਗਲੇ ਹੀ ਦਿਨ ਮੰਗਲਵਾਰ ਦੀ ਗੱਲ ਕਰਦੇ ਹਾਂ ਮੰਗਲਵਾਰ ਨੂੰ 6ਵਾਂ ਦਾ ਪੇਪਰ ਹੈ ਸਮਾਜਿਕ ਸਿੱਖਿਆ ਦਾ ਜੋ ਕਿ 12 ਵਜੇ ਤੋਂ ਸ਼ੁਰੂ ਹੋ ਕੇ 2 ਵਜੇ ਤੱਕ ਹੋਏਗਾ 7ਵਾਂ ਦਾ ਪੇਪਰ ਹੈ ਸਾਇੰਸ ਦਾ ਉਹ ਵੀ 12 ਵਜੇ ਤੋਂ ਸ਼ੁਰੂ ਤੇ 2 ਵਜੇ ਖਤਮ ਹੋ ਜਾਏਗਾ ਲੇਕਿਨ 8ਵਾਂ ਦਾ ਪੇਪਰ ਬੇਟਾ ਜੀ ਉਹ ਸਾਡਾ ਜਿਹੜਾ ਹੈ ਉਹ ਅੰਗਰੇਜ਼ੀ ਦਾ ਹੈ लेकिन वो नौ बजे तो ग्यारह बजे तक ख़त्म होएगा भी इस यार अठवीं का पेपर दो घंटे का रखा गया है जो अंग्रेजी विषय का है नौ तो लैके ग्यारह बजे तक हूँ अगला पेपर आ गया जी ते तो को नौवीं क्लास का नौवीं क्लास का जोड़ा पेपर है बेटा जी वो गणित है जो कि बजे है बारह तो दो पक्का टाइम है नौवीं का बारह तो लैके दो बजे तक नौवीं का पेपर है इस गल का ध्यान रखियो छेवीं का भी बारह तो दो है और सत्तवी का भी बारह तो दो ही है ਹੁਣ ਆ ਗਿਆ ਜੀ 10ਵੀਂ ਕਲਾਸ ਦੀ ਵਾਰੀ 10ਵੀਂ ਕਲਾਸ ਦੇ ਬੱਚੇ ਧਿਆਨ ਨਾਲ ਸਮਝਿਓ 10ਵੀਂ ਕਲਾਸ ਦਾ ਪੇਪਰ ਹੈ ਉਹ ਤੁਹਾਡਾ ਦੂਜਾ ਹਿੰਦੀ ਦਾ ਹੈ ਜੋ 9 ਵਜੇ ਤੋਂ ਲੈ ਕੇ 11 ਵਜੇ ਦੇ ਵਿੱਚਕਾਰ ਵਿੱਚਕਾਰ ਤੁਸੀਂ ਸਕੂਲ 'ਤੇ ਆ ਕੇ ਦੇਣਾ ਹੈ 9 ਵਜੇ ਸ਼ੁਰੂ ਹੋਣਾ ਹੈ ਪੇਪਰ ਇਸ ਕਰਕੇ ਧਿਆਨ ਰੱਖਿਓ ਲੇਟ ਨਹੀਂ ਹੋਣਾ ਹੈ ਜਿਸ ਸਕੂਲਾਂ ਲਈ ਤੁਹਾਨੂੰ 8 ਵਜੇ ਹੀ ਬੁਲਾਇਆ ਜਾਂਦਾ ਹੈ ਤਾਂ ਤੁਸੀਂ 8 ਵਜੇ ਹੀ ਜਾਓਗੇ ਇਹ ਤੁਹਾਡੇ ਸਕੂਲ 'ਤੇ ਡਿਪੈਂਡ ਕਰਦਾ ਹੈ ਇਸੇ ਤਰ੍ਹਾਂ ਹੁਣ ਆਪਾਂ 14 ਤਰੀਕ ਦੀ ਸਾਰੇ ਪੇਪਰ ਦੀ ਗੱਲ ਕਰ ਲਈ ਹੈ ਸਾਰੇ ਬੱਚਿਆਂ ਨੇ ਆਪਣੇ ਆਪਣੇ ਪੇਪਰ ਨੂੰ ਉਤਾਰ ਲਿਆ ਹੋਵੇਗਾ ਹੁਣ ਇਸ ਤੋਂ ਬਾਅਦ 15 ਤਰੀਕ ਨੂੰ ਬੇਟਾ ਜੀ ਤੁਹਾਡੀ ਛੁੱਟੀ ਹੈ ਇਸ ਗੱਲ ਦਾ ਧਿਆਨ ਰੱਖਣਾ ਹੈ 15 9 21 ਨੂੰ ਕੋਈ ਪੇਪਰ ਨਹੀਂ ਹੈ ਧਿਆਨ ਰੱਖਣਾ ਇਸ ਗੱਲ ਦਾ ਠੀਕ ਹੈ ਜੀ ਸਾਰੇ ਨੋਟ ਕਰ ਲਓ 15 ਨੂੰ ਤੁਹਾਡੀ ਛੁੱਟੀ ਹੈ ਹੁਣ ਆਪਾਂ 16 ਤਰੀਕ ਦੀ ਗੱਲ ਕਰਨ ਲੱਗੇ ਹਾਂ 16 ਤਰੀਕ ਨੂੰ ਤੁਹਾਡਾ ਦਿਨ ਵੀਰਵਾਰ 6ਵੀਂ ਕਲਾਸ ਦਾ ਪੇਪਰ ਜਿਹੜਾ ਹੈ ਗਣਿਤ ਦਾ ਆ ਗਿਆ जो कि बारह बजे तो लैके दो बजे तक है सत्तवी क्लास का पेपर तटा तो समाजिक सिक् लिखो बच्चे सत्तवी क्लास के बच्चे लिखो समाजिक सख्या बारह तो दो बजे अठवीं कलास के बच्चों जोड़ा पेपर है वो है साइंस विषय का जो कि नौ बजे तो दस बजे तक है समा लिखो बेटा नौ बजे तो दस बजे अठवीं क्लास के बच्चे नौवीं क्लास के बच्चों का जोड़ा पेपर है वह साइंस विषय का है जो समा की है दा, समा उसका बारह तो दो ही है इस तो बाद दसवीं क्लास के बच्चे जिन्हों का समाजिक सिक्ख्या का पेपर है जो कि नौ बजे तो दस बजे तक है समा जरूर ना लिखी जाओ ਇਸ ਤਰ੍ਹਾਂ ਅਸੀਂ 16 ਤਰੀਕ ਦੇ ਪੇਪਰ ਬਾਰੇ ਵੀ ਡਿਸਕਸ ਕਰ ਲਿਆ ਹੈ ਹੁਣ ਅੱਪਸ 17 ਤਰੀਕ ਦੇ ਪੇਪਰ ਲਈ ਡਿਸਕਸ ਕਰਾਂਗੇ 17 ਤਰੀਕ ਨੂੰ ਤੁਹਾਡਾ ਪੇਪਰ ਹੈ ਦਿਨ ਸ਼ੁੱਕਰਵਾਰ ਨੂੰ ਧਿਆਨ ਨਾਲ ਦੇਖਣਾ ਹੈ 6ਵੀਂ ਕਲਾਸ ਦਾ ਪੇਪਰ ਹੈ 17 ਤਰੀਕ ਨੂੰ ਹਿੰਦੀ ਦਾ 7ਵੀਂ ਦਾ ਗਣਿਤ ਦਾ ਜੋ ਕਿ 12 ਤੋਂ 2 ਹੋਊਗਾ ਅਠਵੀਂ ਕਲਾਸ ਦਾ ਪੇਪਰ ਹੈ ਪੰਜਾਬੀ ਵਿਸ਼ੇ ਦਾ 9 ਤੋਂ 10 ਨੌਵੀਂ ਦਾ ਅੰਗਰੇਜ਼ੀ ਵਿਸ਼ੇ ਦਾ ਜੋ ਕਿ 12 ਤੋਂ 2 ਹੋਏਗਾ ਤੇ ਦਸਵੀਂ ਦਾ ਗਣਿਤ ਦਾ ਬੇਟਾ ਜੀ ਜੋ ਕਿ 9 ਤੋਂ 10 ਹੋਏਗਾ ਫਿਰ ਇੱਕ ਕੰਡੇ ਦਾ ਪੇਪਰ ਹੈ 9 ਤੋਂ 10 ਉਮੀਦ ਹੈ ਤੁਹਾਨੂੰ ਦੱਸ ਪਤਾ ਲੱਗ ਗਿਆ ਹੋਏਗਾ ਤਾਂ ਆ ਦੇਖ ਲਓ ਸਾਰੇ ਹੁਣ ਆਪਾਂ 18ਵੇਂ ਤਰੀਕ ਦੇ ਪੇਪਰ ਦੀ ਗੱਲ ਕਰਦੇ ਹਾਂ 18 ਤਰੀਕ ਨੂੰ ਬਟਾਜ 6ਵੀਂ ਦਾ ਸਾਇੰਸ ਦਾ 12 ਤੋਂ 2 7ਵੀਂ ਦਾ ਅੰਗਰੇਜ਼ੀ ਦਾ ਉਹ ਵੀ 12 ਤੋਂ 2 ਲੇਕਿਨ 8ਵੀਂ ਦਾ ਹਿੰਦੀ ਦਾ 9 ਤੋਂ 11 9ਵੀਂ ਦਾ ਸਮਾਜਿਕ 12 ਤੋਂ 2 ਜਿਵੇਂ ਕਿ ਪਤਾ ਹੈ 9ਵੀਂ ਕਲਾਸ ਨੂੰ ਕਿ ਉਹਨਾਂ ਦਾ ਪੇਪਰ 12 ਤੋਂ 2 ਹੈ 10ਵੀਂ ਦਾ ਪੰਜਾਬੀ A ਦਾ 9 ਤੋਂ 10 ਤੇ ਇਹ ਅਸੀਂ 18 ਤਰੀਕ ਸ਼ਨੀਵਾਰ ਦੀ ਗੱਲ ਕੀਤੀ ਹੈ ਇਸ ਤੋਂ ਬਾਅਦ 19 ਤਰੀਕ ਨੂੰ ਐਤਵਾਰ ਹੈ ਇਸ ਕਰਕੇ ਉਸ ਦਿਨ ਪੇਪਰ ਨਹੀਂ ਹੋਣਾ ਹੈ ਤੇ ਹੁਣ ਆਪਾਂ 20 ਤਰੀਕ ਦੀ ਗੱਲ ਕਰਦੇ ਹਾਂ 20 ਤਰੀਕ ਸੋਮਵਾਰ ਨੂੰ ਤੁਹਾਡਾ 6ਵੇਂ ਦਾ ਪੇਪਰ ਪੰਜਾਬੀ ਦਾ 7ਵੇਂ ਦਾ ਹਿੰਦੀ ਦਾ ਜੋ ਕਿ 12 ਤੋਂ 2 ਹੁੰਦੇ ਨੇ ਤੁਹਾਨੂੰ ਯਾਦ ਰੱਖਣਾ ਇਸ ਦਿਨ 8ਵੇਂ ਦਾ ਸਮਾਜਿਕ ਸਿੱਖਿਆ 9 ਤੋਂ 10 ਸਮਾਂ ਲਿਖਿਆ ਹੋਇਆ ਹੈ 9ਵੀਂ ਦਾ ਪੰਜਾਬੀ ਇਹ ਵੀ 12 ਤੋਂ 2 ਹੁੰਦਾ ਹੈ ਤੇ 10ਵੀਂ ਦਾ ਅੰਗਰੇਜ਼ੀ ਦਾ ਜੋ ਕਿ 9 ਤੋਂ 10 ਹੈ ਤੇ ਇਹ ਸਾਡਾ 20 ਤਰੀਕ ਦਾ ਪੇਪਰ ਹੋ ਗਿਆ ਜੀ ਹੁਣ ਆਪਾਂ ਅੱਗੇ ਚੱਲਦੇ ਹਾਂ 21 ਤਰੀਕ ਮੰਗਲਵਾਰ ਨੂੰ 6ਵੇਂ ਦਾ ਪੇਪਰ ਨਹੀਂ ਹੈ 7ਵੇਂ ਦਾ ਪੇਪਰ ਨਹੀਂ ਹੈ 8ਵੇਂ ਦਾ ਪੇਪਰ ਨਹੀਂ ਹੈ 9ਵੇਂ ਦਾ ਪੇਪਰ ਪੰਜਾਬੀ B ਦਾ ਉਹੀ 12 ਤੋਂ 2 ਹੈ ਤੇ 10ਵੇਂ ਦਾ ਪੰਜਾਬੀ B ਦਾ 9 ਤੋਂ 11 ਹੈ ਇਸ ਗੱਲ ਦਾ ਧਿਆਨ ਰੱਖਣਾ ਤੁਸੀਂ ਤੇ ਇਹ ਜਿਹੜੇ ਪੇਪਰ ਜਿਹਦੇ ਤੁਹਾਨੂੰ ਮੈਂ ਡੇਟ ਸ਼ੀਟ ਦੇ ਵਿੱਚ ਲਿਖਾਏ ਨੇ ਇਹ ਪੇਪਰ ਤੁਹਾਡੇ ਸਰਕਾਰ ਵੱਲੋਂ ਬੇਟਾ ਜੀ ਭੇਜੇ ਜਾਣਗੇ ਇਸ ਗੱਲ ਦਾ ਧਿਆਨ ਰੱਖਣਾ ਹੈ ਪੇਪਰ ਸਰਕਾਰ ਨੇ ਮੁੱਖਿਆਨੂਪੇchna ਹੈ ਤੇ ਮੁੱਖਿਆਨੇ ਤੁਹਾਨੂੰ ਪੇਪਰ ਸ੍ਰੀਸ਼ਵੇਰੀ ਦੇਣਾ ਹੈ ਤੇ ਬਾਕੀ ਵਿਸ਼ਿਆਂ ਦੇ ਜਿਹੜੇ ਪੇਪਰ ਰਹਿ ਗਏ ਨੇ ਉਹ ਸਕੂਲ ਵਿੱਚ ਸਕੂਲ ਦੇ ਅਧਿਆਪਕ ਵੱਲੋਂ ਬਣਾ ਕੇ ਤੁਹਾਡੇ ਤੋਂ ਲੈ ਜਾਣਗੇ ਉਸ ਦਾ ਸਾਰਨੀ ਸਮਾ ਸਕੂਲ ਤੁਹਾਡੇ ਸਕੂਲ ਦੇ ਅਧਿਆਪਕ ਤੁਹਾਡੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਕੋਲ ਦਸਾ ਜਾਏਗਾ ਇਸੇ ਤਰ੍ਹਾਂ ਬੇਟਾ 11ਵੀਂ ਤੇ 12ਵੀਂ ਦੀ ਟੇਬਲ ਤੁਹਾਡੇ ਸਾਹਮਣੇ ਹੈ ਜਿਸ ਨੂੰ ਬਹੁਤ ਹੀ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ 13 ਤਰੀਕ ਸੋਮਵਾਰ ਨੂੰ ਪੰਜਾਬੀ ਹੈ ਇਹ ਤੁਸੀਂ ਬੜੇ ਆਸਾਨ ਨਾਲ ਦੇਖ ਸਕਦੇ ਹੋ इजीली ਪੜ ਸਕਦੇ ਹੋ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਕੁਝ ਇਨਸਟਰਕਸ਼ਨ ਦਿੱਤੀਆਂ ਗਈਆਂ ਨੇ ਕਿ ਦੇਖੋ 6ਵੀਂ ਤੋਂ 12ਵੀਂ ਜਮਾਤ ਦੇ ਉਕਤ ਦਿੱਤੇ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਮੁਖ ਦਫ਼ਤਰ ਵੱਲੋਂ ਤਿਆਰ ਕੀਤੇ ਜਾਣਗੇ ਤੇ ਇਹਨਾਂ ਪ੍ਰਸ਼ਨ ਪੱਤਰਾਂ ਦੀ ਸਾਫਟ ਕਾਪੀ ਮੁਖ ਦਫ਼ਤਰ ਤੋਂ ਜ਼ਿਲ੍ਹਾ ਸਖਿਆ ਅਫਸਰ ਰਾਹੀਂ ਸਕੂਲ ਮੁਖੀਆਂ ਨੂੰ ਭੇਜੀ ਜਾਏਗੀ ਜੋ ਕਿ ਸਵੇਰੇ-ਸਵੇਰੇ ਪ੍ਰਾਪਤ ਹੋਏਗੀ ਤੇ ਤੁਹਾਡਾ ਟੈਸਟ ਹੋਇਆ ਜਾਏਗਾ ਉਕਤ ਡੇਟਸ਼ੀਟ ਵਿੱਚ ਜਿਹੜੇ ਵਿਸ਼ੇ ਨਹੀਂ ਹਨ ਉਹਨਾਂ ਦਾ ਪੇਪਰ ਸਕੂਲ ਮੁਖੀ ਸਹਿਬਾਨ ਵੱਲੋਂ ਆਪਣੇ ਪੱਧਰ ਦੇ ਸਕੂਲ ਦੇ ਅਧਿਆਪਕ ਜਾਂ ਲੈਕਚਰਾਰ ਤੋਂ ਬਣਵਾ ਕੇ ਲਿਆ ਜਾਏਗਾ ਇਟ ਮੀਨਸ ਬਾਕੀ ਜਿਹੜੇ ਵਿਸ਼ੇ ਤੁਹਾਡੇ ਡੇਟਸ਼ੀਟ ਦੇ ਵਿੱਚ ਨਹੀਂ ਸੀ ਉਹਨਾਂ ਦਾ ਵੀ ਪੇਪਰ ਹੋਣਾ ਹੈ ਜੋ ਕਿ ਸਕੂਲ ਅਧਿਆਪਕ ਉਹ ਦੁਆਰਾ ਪੇਪਰ ਬਣਾ ਕੇ ਤੁਹਾਨੂੰ ਸਿਆ ਜਾਏਗਾ ਕਦੋਂ ਪੇਪਰ ਹੋਣਾ ਹੈ ਤੇ ਤੁਹਾਡਾ ਉਹ ਵੀ ਪੇਪਰ ਹੋਵੇਗਾ ਤੇ ਸਭ ਤੋਂ ਮੇਨ ਜਿਹੜੀ ਲਾਈਨ ਹੈ ਉਹ ਧਿਆਨ ਨਾਲ ਦੇਖੋ ਸਾਰੀਆਂ ਜਮਾਤਾਂ ਦੀ ਪ੍ਰੀਖਿਆਵਾਂ ਜੁਲਾਈ ਤੇ ਅਗਸਤ ਦੇ ਕਰਵਾਏਗਾ ਸਿਲੇਬਸ ਦੇ ਵਿੱਚਕਾਰ ਹੋ ਆਉਗੀ ਇਹਦਾ ਮਤਲਬ ਤੁਹਾਡਾ ਜਿਹੜਾ ਸਿਲੇਬਸ ਹੈ April ਮਈ ਜੂਨ ਦਾ ਨਹੀਂ ਆਏਗਾ ਜੁਲਾਈ ਤੇ ਅਗਸਤ ਦਾ ਸਿਲੇਬਸ ਹੋਵੇਗਾ ਇਸ ਗੱਲ ਦਾ ਧਿਆਨ ਰੱਖਣਾ ਹੈ ਤੇ ਇਹ ਜਿਹੜੇ ਪੇਪਰ ਨੇ ਬਹੁਤ ਹੀ ਇੰਪੋਰਟੈਂਟ ਨੇ ਤੁਹਾਨੂੰ 6ਵੀਂ 7ਵੀਂ 9ਵੀਂ 11ਵੀਂ ਤੇ 12ਵੀਂ ਜਮਾਤਾਂ ਦੇ ਸਾਰੇ ਪੇਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੇਪਰ ਪੈਟਰਨ ਅਨੁਸਾਰ ਹੋਣਗੇ ਤੇ ਇਹਨਾਂ ਦੇ ਅੰਕਾਂ ਦੀ ਵੇਟੇਜ 50% ਹੋਏਗੀ ਇਸ ਕਰਕੇ ਧਿਆਨ ਨਾਲ ਪੇਪਰ ਨੂੰ ਕਰਨਾ ਹੈ ਤੇ ਇਸ ਤੋਂ ਇਲਾਵਾ ਉਹਨਾਂ ਨੇ ਖੂਰ ਵੀ ਗੱਲ ਕਹੀ ਹੈ ਕਿ 8ਵੀਂ ਤੇ 10ਵੀਂ ਜਿਹੜੇ ਵਿਸ਼ੇ ਨੇ 8ਵੀਂ ਤੇ 10ਵੀਂ ਜਮਾਤ ਦੇ ਨੈਸ ਨਾਲ ਸੰਬੰਧਿਤ ਵਿਸ਼ੇ ਦੇ ਪੂਰੀ ਤਰ੍ਹਾਂ ਨੈਸ ਦੇ ਪੈਟਰਨ ਤੇ ਤੈਧਿਤ ਹੋਣਗੇ ਇਸ ਕਰਕੇ ਉਹਨਾਂ ਨੇ ਨੈਸ ਤੇ ਉੱਤੇ ਜ਼ਿਆਦਾ ਜ਼ੋਰ ਲਗਾਇਆ ਹੈ ਤੇ 8ਵੀਂ ਤੇ 10ਵੀਂ ਦੇ ਜਿਹੜੇ ਪੇਪਰ ਨੇ ਉਹ ਨੈਸ ਨਾਲ ਸੰਬੰਧਿਤ ਵਿਸ਼ਿਆਂ ਤੇ ਪੇਪਰ ਪੂਰੀ ਤਰ੍ਹਾਂ ਨੈਸ ਦੇ ਪੈਟਰਨ ਤੇ ਹੀ ਆਧਾਰਿਤ ਹੋਣਗੇ ਉਮੀਦ ਹੈ ਤੁਹਾਨੂੰ ਡੇਟਸ਼ੀਟ ਬਾਰੇ ਬਹੁਤਿਆਰ ਤਰੀਕੇ ਨਾਲ ਸਮਝ ਲੱਗ ਗਿਆ ਹੋਵੇਗਾ ਚਾਹੋ ਤਾਂ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਨੋਬਟਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ 6ਵੀਂ ਦੇ ਬੱਚੇ ਲਈ ਸਕਰੀਨਸ਼ਾਟ ਦੇਖੋ हूँ छेवीं का बच्चा स्क्रीनशॉट सकता है हम सत्तवी का बच्चा हूँ अठवीं का बच्चा तो हूँ नौवीं तो दसवीं का बच्चा स्क्रीनशॉट सकता है तरीका अपनी कॉपी पर लिख लो आ तरीक है, है आ दिन है तो जो जो थोड़े पेपर हैं ठीक है ना तो आौवीं तो दसवीं के बच्चे मैं थोड़ा जूम करके दिखा रहे हैं इस तरह प्लस वन से प्लस टू के बच्चों वास्ते ये तो प्लस वन के बच्चों होएगी तो फिर प्लस टू के ले तो उम्मीद है तक बढ़िया तरीके समझ आई होएगी डेटशीट अपनी कॉपी तो उतार लियो